ਆਹ ਵੇਖੋ ਜੀ, ਸਾਹਮਣੇ ਬਲੈਰੋ ਗੱਡੀ ਲੱਗ ਗਏ, ਪਿੰਡ ਖਾਰੇ ਵਾਲਾ ਪੁਲ 13 ਤਰੀਕ, ਇਹਨਾਂ ਨੂੰ ਤਾਂ ਲਾਇਆ ਇੱਥੇ ਟਰੈਫਿਕ ਦਾ ਕਰਕੇ ਕਿ ਜਿਹੜੀ ਟਰੈਫਿਕ ਆ ਕਿ ਸੇਰੋਂ ਪੁਲ ਬੰਦ ਕੀਤਾ ਕਿ ਟਰੈਫਿਕ ਫਤਿਹਾਬਾਦ ਨੂੰ ਪਾਓ ਅਤੇ ਗੋਂਦਲ ਬਾਈਪਾਸ 'ਤੇ ਜਾ ਨਿਕਲੂਗੀ। ਇਹਨਾਂ ਨੇ ਇੱਥੇ ਪੈਸੇ ਮੰਗਣ ਦਾ ਢਕਵੰਜ ਸ਼ੁਰੂ ਕਰਤਾ ਜੀ। ਹੁਣ ਵੇਖੋ ਜਿੱਥੇ 3 ਗੱਡੀਆਂ ਖਲੋਤੀਆਂ ਜੀ, ਵੇਖ ਲਓ ਜੀ, ਇੱਕ ਘੋੜਾ ਖਲੋਤਾ ਜੀ, ਇੱਕ ਦਾ ਟੈਰੀ ਖਲੋਤੀ, ਅਤੇ ਇੱਕ ਉਹ 6 ਟੈਰੀ ਕੋਲੋਂ ਮੰਗਦੇ ਨੇ। ਉਹ ਵੇਖੋ ਰੁਮਾਲ ਦੇ ਵਿੱਚ ਉਹ ਪੈਸੇ ਫੜ ਲਏ। ਦੱਸੋ ਕਿ ਹੁਣ ਇਹਦੇ ਕਾਗਜ਼ ਪੱਤਰ ਪੂਰੀ ਆ, ਇਹਨੂੰ ਪਹਿਲਾਂ ਇਹ ਗੱਲ ਦਾ ਜਵਾਬ ਦਿਓ ਜੀ। ਬਲੈਰੋ ਗੱਡੀ ਇਹਨਾਂ ਦੇ ਕੋਲ, ਉਹ ਵੇ ਕੰਜਰ ਖਲੋਤਾ ਖਾਕੀ ਵਰਦੀ ਪਾ ਕੇ, ਉਹ ਵੇਖੋ ਇੰਨਾ ਹੀ ਘੰਟਾ ਹੋ ਗਿਆ ਸੀ ਵੇਖਣ ਦਾ ਜੀ। ਨਾ ਕਿਸੇ ਨੂੰ ਸੁੱਕਾ ਨਹੀਂ ਜਾਣ ਦਿੱਤਾ, ਜਿਹੜਾ ਵੀ ਉਹ ਬੰਦਾ ਸੁੱਕਾ ਹੈਗਾ, ਮੈਂ ਨਹੀਂ ਮੰਨਦਾ ਕੋਈ ਚੜ ਗਿਆ ਹੋਊ ਇਹਨਾਂ ਦੇ ਕੋਲੋਂ, ਪਰ ਇਹਨਾਂ ਨੇ ਇਹਨੂੰ ਡੱਕਿਆ ਟਰੈਫਿਕ ਵਾਸਤੇ, ਪਰ ਇਹਨਾਂ ਖਾਰਲ ਪੁਲ 'ਤੇ ਬਹੁਤਾ ਗੰਦ ਪਾਇਆ, ਰੁਮਾਲ ਕਰਦੇ ਅਤੇ ਪੈਸੇ ਲੈ ਲੈਂਦੇ ਆ। ਇਹਨੂੰ ਚੰਗਾ ਰੁਮਾਲ ਵਾਲੇ ਚੰਗਾ ਤਾਂ ਪੱਲੀ ਵਿਛਾ ਲੈਣ ਜੀ, ਤੋਂ ਸਗੋਂ ਜ਼ਿਆਦਾ ਪੈਸੇ ਮਿਲਣਗੇ, ਰੁਮਾਲ 'ਚ ਥੋੜ੍ਹੇ ਪੈਂਦੇ ਆ। ਅੱਗੇ ਗਰੀਬ ਆ ਵਿਚਾਰਾ, ਅਤੇ ਉਹ ਮੋਟਰਸਾਈਕਲ 'ਤੇ ਆਇਆ ਅਤੇ ਇਹਨਾਂ ਨੇ ਸਾਰਿਆਂ ਦੇ ਉਹ ਵੇਖੋ ਮਿਲਣ ਵੀ ਸੁਕਾਇਆ। ਵੇਖੀ ਜਾ ਅਸੀਂ ਵੀ ਛਤਰ ਪੌਲੀ ਵਾਲੀਆਂ, ਕੋਈ ਗੱਲ ਨਹੀਂ ਆਉਂਦਾ, ਹੁਣ ਆ ਜਾਣ ਕੇ ਫੋਨ ਲਾ ਕੇ ਬਹਿ ਗਿਆ ਕਾਨੂੰਨ ਜੀ, ਨਾ ਇਹਨੂੰ ਕੋਈ ਆਵੇ ਨਾ ਜਾਵੇ ਜੀ। ਅਤੇ ਵੀਰੋ ਵੱਧ ਤੋਂ ਵੱਧ ਸ਼ੇਅਰ ਕਰਨੀ ਆ, ਪਿੰਡ ਖਾਰੇ ਵਾਲਾ ਪੁਲ, ਜ਼ਿਲ੍ਹਾ ਤਰਨ ਤਾਰਨ, ਪਿੰਡ ਸਰਿਆਲੀ ਸਾਹਿਬ ਦੇ ਲਾਗੇ, ਠੀਕ ਹੈ ਜੀ। ਹੁਣ ਉਹ ਵਿਚਾਰਾ ਖੱਡੇ ਪੰਨਾ ਡਰਾਈਵਰ ਵਿਚਾਰਾ ਵੀ 10 ਟੈਰੀ ਗੱਡੀ ਲੱਗ, 12 ਟੈਰੀ ਗੱਡੀ ਲੱਗ ਕੇ ਗਿਆ ਰਾਜਸਥਾਨ ਜੀ, 88 ਨਾਸੀ ਦੇ ਭਾਰਤ ਤੋਂ ਪੈਸੇ ਲੈਣਾ ਲੱਗਿਆ। ਦੇਖੋ ਦੱਸੋ ਵੀ ਚਲਾਨ ਕੱਢਣ ਲੱਗੇ, ਉਹ ਮੁੜ ਕੇ ਕੱਢ ਕੇ ਪੈਸੇ ਦੇ ਦਿੱਤੇ ਜੀ। ਇਹ ਉਹ ਵੇ ਦੱਸੋ ਜੀ, ਉਹ ਵਿਚਾਰਾ ਉਤਰਿਆ ਹੁੰਦਾ, ਇਹਦਾ ਨਿਗਾ ਨਿਗਾ ਜੀ ਆ ਜਨਤਾ, ਇਹ ਦੱਸੋ ਜੀ ਕੀ ਗੱਲ। ਹਾਂ ਵੇਖੋ ਜੀ, ਵਾਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।